ਕਾਂਗਰਸ ਜਿੱਤੀ ਸੀ ਹੁਣ ਜਿਮਨੀ ਚੌਣ ਆਮ ਆਦੀ ਪਾਰਟੀ ਦੀ ਔਰ ਵੱਡੀ ਜਿੱਤ ਸਾਡੇ ਨਾਲ ਐਮਪੀ ਨੇ ਯੰਗ ਐਮਪੀ ਨੇ ਆਮ ਆਦੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਘੋਣੀ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਆ ਵਾ ਚਿਹਰਾ ਕੰਘੇ ਸਾਹਿਬ ਕਿੱਦਾਂ ਦੇਖਦੇ ਹੋ ਜਿਮਨੀ ਚੌਣ ਇੱਕ ਵੱਡੀ ਜਿੱਤ ਔਰ ਕੁਝ ਮਹੀਨੇ ਜਿ ਇੱਕ ਮਹੀਨੇ ਪਹਿਲਾਂ ਦੀ ਗੱਲ ਕਰੇ ਲੋਕ ਸਭਾ ਚ ਕੁਝ ਹੋਰ ਸੀਗੀ ਕਿਵੇਂ ਸਿਚੁਏਸ਼ਨ ਚੇਂਜ ਹੋਈ ਤੇ ਦੇਖੋ ਮੈਨੂੰ ਲੱਗਦਾ ਹੈ ਵੀ ਔਨਰੇਬਲ ਜਿਹੜੇ ਚੀਫ ਮਿਨਿਸਟਰ ਹੈ ਸਾਡੇ ਪੰਜਾਬ ਦੇ ਭਗਵੰਤ ਮਾਨ ਜੀ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਮਿਹਨਤ ਕੀਤੀ ਜਲੰਧਰ ਵੈਸਟ ਦੇ ਲੋਕਾਂ ਨੇ ਬੜਾ ਅੱਛਾ ਫੈਸਲਾ ਲਿਆ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਔਰ ਭਗਵੰਤ ਮਾਨ ਜੀ ਦੀ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਬਹੁਤ ਵੱਡਾ ਮੰਡੇਟ ਹੈ ਵਨ ਸਾਈਡਿਡ ਪੂਰਾ ਇਲੈਕਸ਼ਨ ਹੈ ਦੋ ਚੀਜ਼ਾਂ ਹੈ ਇੱਕ ਤੇ ਦੋ ਸਾਲ 2.5 ਸਾਲ ਸਰਕਾਰ ਦੀਆਂ ਨੀਤੀਆਂ ਦੂਸਰਾ ਜਲੰਧਰ ਵੈਸਟ ਦੇ ਲੋਕਾਂ ਨੇ ਕੈਰੈਕਟਰ ਵੇਖ ਕੇ ਕਿਰਦਾਰ ਵੇਖ ਕੇ ਕੈਂਡੀਡੇਟ ਨੂੰ ਵੋਟ ਪਾਈ ਹੈ ਔਰ ਮਹਿੰਦਰਪਗਤ ਜੀ ਅਸੀਂ ਪੂਰੇ ਇਲੈਕਸ਼ਨ ਚ ਵੀ ਇਹ ਗੱਲ ਕਹੀ ਸੀ ਕਿ ਬੜੇ ਸਾਫ਼ ਸੁਥਰੀ ਸ਼ਖੀ ਦੇ ਕੈਂਡੀਡੇਟ ਹੈ ਅੱਛਾ ਫੈਸਲਾ ਲਿਆ ਹੈ ਜਲੰਧਰ ਦੇ ਲੋਕਾਂ ਨੇ ਔਰ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ 'ਚ ਜਲੰਧਰ ਵੈਸਟ 'ਚ ਬਹੁਤ ਸਾਰੀ ਤਰੱਕੀ ਜਿਹੜੀ ਅਮਿੰਦਰ ਭਾਗ ਜੀ ਦੇ ਰਗਵਾਈ 'ਚ ਹੋਊ। ਇਹ ਕਹਿੰਦੇ ਨੇ ਬਦਲਾਅ ਜਿਹੜਾ ਹੈ ਤੇ ਦੂਜੀ ਗੱਲ ਹੈ ਕਿ ਦਲ ਬਦਲ ਬਹੁਤ ਹੋਇਆ ਜੇ ਇਲੈਕਸ਼ਨਾਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਤੋਂ ਲੈ ਕੇ ਜਿਮਨੀ ਚੋਣਾਂ ਦੀ ਗੱਲ ਕਰੀਏ ਕਿ ਕੀ ਇੱਕ ਚੀਜ਼ ਨੂੰ ਲੋਕਾਂ ਨੇ ਨਕਾਰਤਾ ਕਿਵੇਂ ਪੋਲਿਟਿਕਸ ਚੇਂਜ ਹੋਈ? ਹਾਂ ਉਹ ਤੇ ਦੇਖੋ ਉਹ ਲੋਕ ਸਭਾ 'ਚ ਵੀ ਕੋਈ ਬਹੁਤ ਜ਼ਿਆਦਾ ਤਵੱਜੋ ਲੋਕਾਂ ਨੇ ਨਹੀਂ ਦਿੱਤੀ ਸੀ ਜਿਹੜੇ ਇਧਰ ਉਧਰੋਂ ਮਤਲਬ ਜਿਸ ਤਰ੍ਹਾਂ ਸੁਸ਼ੀਲ ਰਿੰ ਆਵਾਦੀ ਪਾਰਟੀ ਨੂੰ ਪਹਿਲਾ ਐਮਪੀ ਬਣਾਇਆ ਫਿਰ ਉਹ ਪਾਰਟੀ ਐਨ ਲਾਸਟ ਮੂਮੈਂਟ ਤੇ ਜਿਹੜਾ ਛੱਡ ਕੇ ਗਿਆ ਜਦੋਂ ਟਿਕਟ ਵੀ ਅਨਾਉਂਸ ਹੋ ਗਈ ਔਰ ਸ਼ੀਤ ਲੰਗਰਾਲ ਨੇ ਵੀ ਇੱਕ ਤਰ੍ਹਾਂ ਦਾ ਲੋਕਾਂ ਤੇ ਇੱਕ ਬਰڈن ਪਾਇਆ ਦੇਖੋ ਇੱਕ ਗੱਲ ਬੜੀ ਸਪਸ਼ਟ ਹੋਈ ਹੈ ਸਿਲੈਕਸ਼ਨ ਦੇ ਮੈਂਡੇਟ ਨਾਲ ਲੋਕ ਵੀ ਸਮਝਦੇ ਆ ਵੀ ਇਹ ਜਿਹੜੇ ਲੋਕ ਹੈ ਜਿਹੜੇ ਗੈਰ ਜ਼ਿੰਮੇਵਾਰਾਂ ਨਾਲ ਕੰਡਕਟ ਪੂਰਾ ਇਹਨਾਂ ਦਾ ਰਹਿੰਦਾ ਹੈ ਵਤੀਰਾ ਭਵਾਰ ਕਿ ਜਦੋਂ ਜ਼ਰੂਰਤ ਨਹੀਂ ਸੀ ਸਿਰਫ ਔਰ ਸਿਰਫ ਨਿੱਜੀ ਹਿੱਤਾਂ ਵਾਸਤੇ ਇਹਨਾਂ ਨੇ ਜਲੰਧਰ ਔਰ ਪੰਜਾਬ ਦੇ ਲੋਕਾਂ ਤੇ ਬਰڈن ਪਾਇਆ ਉਹਦਾ ਲੋਕਾਂ ਨੇ ਪੂਰਾ ਮਤਲਬ ਤਰੀਕੇ ਨਾਲ ਜਵਾਬ ਦਿੱਤਾ ਇਹਨਾਂ ਨੂੰ ਨਾ ਇਹ ਹੁਣ ਕਰਦੇ ਰਹੇ ਨਾ ਘਾਟਦੇ ਰਹੇ ਔਰ ਇੱਕ ਆ ਸਾਫ ਸੁਥਰੀ ਦੀ ਸ਼ਬੀ ਦੇ ਕੈਂਡੀਡੇਟ ਨੂੰ ਜਲੰਧਰ ਦੇ ਆਪਣਾ ਨੁਮਾਇੰਦਾ ਵਜੋਂ ਚੁਣਿਆ ਭਗਵੰਤ ਮਾਨ ਪੂਰੇ ਇਲੈਕਸ਼ਨ 'ਚ ਗੱਲ ਕਹਿੰਦੇ ਰਹੇ ਵੀ ਇਸ ਜਿਮਣੀ ਚੋੜ ਦੀ ਲੋੜ ਨਹੀਂ ਸੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਰڈن ਪਾਇਆ ਗਿਆ ਤਾਂ ਕਿਤਨੇ-ਕਿਤਨੇ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਦਿਮਾਗ 'ਚ ਇਹ ਗੱਲ ਬੈ ਗਈ ਹਾਂ ਇਹ ਤੇ ਵੇਖੋ ਪੰਜਾਬ ਦੇ ਲੋਕ ਬੜੇ ਜਾਗਰੂਕ ਹੈ ਔਰ ਰਿਐਕਟ ਕਰਦੇ ਆ ਪੰਜਾਬ ਹਮੇਸ਼ਾ ਰਿਐਕਟ ਕਰਦਾ ਹੈ ਔਰ ਉਹਨਾਂ ਨੇ ਲੋਕ ਸਭਾ ਚ ਵੀ ਸੁਸ਼ੀਲ ਰਿੰਕੂ ਨੂੰ ਇਸ ਤਰੀਕੇ ਨਾਲ ਹਰਾਇਆ ਸੀ ਕਿਉਂਕਿ ਉਹਨੇ ਵੀ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਧੋਖਾ ਕੀਤਾ ਸੀ ਆਵਾਦੀ ਪਾਰਟੀ ਨਾਲ ਵੀ ਔਰ ਜਲੰਧਰ ਵਾਲਿਆਂ ਨੂੰ ਔਰ ਸ਼ੀਤਲ ਅੰਗਰਾਲ ਨੇ ਵੀ ਇਹਨਾਂ ਲੋਕਾਂ ਨੇ ਆਪਣੇ ਪੈਸੇ ਦੇ ਲਾਲਚ ਨੂੰ ਜਾਂ ਨਿੱਜੀ ਕੋਈ ਸਵਾਰਥ ਹੋਣਗੇ ਉਹਨਾਂ ਦੇ ਕਾਰਨ ਜਿਹੜਾ ਹੈ ਇਲੈਕਸ਼ਨ ਚ ਜਾਣ ਨੂੰ ਮਜਬੂਰ ਕੀਤਾ ਜਲੰਧਰ ਦੇ ਵਸ ਲੋਕਾਂ ਨੇ ਪਰ ਲੋਕ ਜਿਹੜੇ ਪੰਜਾਬ ਦੇ ਆ ਉਹ ਸਹੀ ਜਿਹੜਾ ਟਾਈਮ ਤੇ ਮੰਕੂਲ ਜਿਹੜਾ ਸਹੀ ਜਵਾਬ ਦਿੰਦੇ ਆ ਉਹਨਾਂ ਨੇ ਦੇਤਾ ਹੁਣ ਇੱਕਲਾ ਸਵਾਲ ਇੱਕ ਤਾਂ ਇਹ ਗੱਲ ਹੋ ਗਈ ਵੀ ਚਲੋ ਬਰਡਨ ਪੈ ਗਿਆ ਦੂਜੀ ਗੱਲ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਮੌਜੂਦਾ ਸਰਕਾਰ ਦੇ ਉੱਤੇ ਇਹ ਤਾਂ ਚੈਲੰਜ ਸੀ ਕਿ ਕਿਉਂਕਿ ਤਿੰਨ ਸੀਟਾਂ ਆਈਆਂ ਸੀਗੀਆਂ ਔਰ ਫਿਰ ਜਿਮਨੀ ਚੋਣ ਤੇ ਲੋਕ ਇਹ ਵੀ ਤਾਂ ਦੇਖਦੇ ਨੇ ਵੀ ਮੌਜੂਦਾ ਪਾਰਟੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਕੰਮ ਜਾਂ ਲੋਕਾਂ ਨੂੰ ਲੱਗਦਾ ਕਿ ਨਹੀਂ ਹਲੇ 2.5 ਸਾਲ ਸਰਕਾਰ ਦੇ ਹੈਗੇ ਨੇ ਨਹੀਂ ਉਹਦੇ ਵਿੱਚ ਮੈਨੂੰ ਲੱਗਦਾ ਲੋਕ ਸਭਾ ਚ ਕਿਤੇ ਨਾ ਕਿਤੇ ਲੋਕਾਂ ਨੇ ਕਾਂਗਰਸ ਨੂੰ ਪ੍ਰਾਇੋਰਟੀ ਦਿੰਦੀ ਨੈਸ਼ਨਲ ਪ੍ਰੋਸਪੈਕਟਿਵ ਜਿਹੜੀ ਹੈ ਲੇਕਿਨ ਸਟੇਟ ਦੀ ਜਦੋਂ ਰਾਜਨੀਤੀ ਦੀ ਗੱਲ ਹੈ ਉੱਥੇ ਭਗਵੰਤ ਮਾਨ ਜੀ ਦੀਆਂ ਨੀਤੀਆਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਹੈ ਔਰ ਖੁਸ਼ ਹੈ ਉਹਨਾਂ ਨੇ ਇਹ ਮੋਰ ਲਾਈ ਹੈ ਜਲੰਧਰ ਔਰ ਦੇਖਿਓ ਤੁਸੀਂ ਜਿਹੜੇ 4 ਬਾਈ ਇਲੈਕਸ਼ਨ ਹੋਰ ਵੀ ਹੋਣੇ ਆਉਣ ਵਾਲੇ ਟਾਈਮ 'ਚ ਉੱਥੇ ਵੀ ਆਵਾਜ਼ ਦੀ ਪਾਰਟੀ ਬਿਹਤਰ ਤਰੀਕੇ ਨਾਲ ਜਿੱਤੂਗੀ ਉਹਦਾ ਇੱਕੋ ਹੀ ਕਾਰਨ ਹੈ ਕਿ 2.5-3 ਸਾਲਾਂ 'ਚ ਜਿਹੜਾ ਪੰਜਾਬ ਸਰਕਾਰ ਨੇ ਕੰਮ ਕੀਤਾ ਆ ਲੋਕਪੱਖੀ ਨੀਤੀਆਂ ਜਿਹੜੀਆਂ ਉਹਦੇ ਤੇ ਲੋਕ ਕਿਤੇ ਨਾ ਕਿਤੇ ਪੰਜਾਬ ਦੇ ਖੁਸ਼ ਵੀ ਆ ਸੰਤੁਸ਼ਟ ਵੀ ਆ ਆਪੋਜੀਸ਼ਨ ਨੂੰ ਕਿੱਥੇ ਦੇਖਦੇ ਹੋ ਪੰਜਾਬ 'ਚ ਦੇਖੋ ਆਪੋਜੀਸ਼ਨ ਜੇ ਪੰਜਾਬ ਦੀ ਗੱਲ ਕਰੀਏ ਤੇ ਜਲੰਧਰ ਦਾ ਪੂਰਾ ਇਲੈਕਸ਼ਨ ਹੈ ਉਹ ਆਪਣੇ ਆਪ 'ਚ ਹੀ ਗਵਾਈ ਭਰਦਾ ਹੈ ਕਿ ਕਾਂਗਰਸ ਹੋਵੇ ਚਾਏ ਭਾਜਪਾ ਹੋਵੇ ਜਾਂ ਅਕਾਲੀ ਦਲ ਦਾ ਤੇ ਕੋਈ ਉਹਦੇ 'ਚ ਵੋਟ ਹੀ ਮੈਨੂੰ ਲੱਗਦਾ 2-300 ਪਈ ਹੈ ਉਹ ਤਾਂ ਤੇ ਹੈ ਹੀ ਨਹੀਂ ਕਰ ਪਾਇਆ ਉਹਨਾਂ ਦਾ ਕੈਂਡੀਡੇਟ ਕੌਣ ਹੈ ਸੋ ਕਾਂਗਰਸ ਦੀ ਵੀ ਬਹੁਤ ਬੱਦਰ ਹਾਲਾਤ ਰਹੇ 20000 ਤੋਂ ਥੱਲੇ ਵੋਟ ਹੈ ਬੀਜੇਪੀ ਦੀ ਵੀ ਆਲਮੋਸਟ ਇੱਥੇ ਆ। ਤੋਂ ਇਹ ਇਹ ਬਿਲਕੁਲ ਪੰਜਾਬ ਦੀ ਰਾਜਨੀਤੀ ਦਾ ਰਿਫਲੈਕਸ਼ਨ ਹੈ। ਪੰਜਾਬ ਦੇ ਲੋਕ ਸੋਚਦੇ ਕਿ ਤਰ੍ਹਾਂ ਸੱਤਾ ਬਾਰੇ ਆਵਾ ਦੀ ਪਾਰਟੀ ਬਾਰੇ ਲੋਕਾਂ ਦਾ ਕੀ ਰੁਖ ਹੈ? ਕਾਂਗਰਸ ਭਾਜਪਾ ਕਾਲੀਆਂ ਬਾਰੇ ਕੀ ਰੁਖ ਹੈ? ਇਹ ਜਲੰਧਰ ਦੇ ਬਾਈ ਇਲੈਕਸ਼ਨ ਨੇ ਤਸਵੀਰ ਸਾਫ ਕਰ।